सारे दोस्तानों जसपाल वालों सत श्री अकाल। पेश है जतिंदर हांस की कहानी लव जिहाद। हुण मैं बंदा बदलन का फैसला कर लिया है। बंदा बदलना इन्ना सौखा नहीं जिन्ना कहना। बंदा बदलना राज पलटे वांग ही हुंदा। मेरे दिल दिमाग का पूरा युद्ध चल रहा। उदों तो होर भी औखा हुंदा जदों पहले बंदे नूं तुसीं जान नालों भी वध प्यार करते हो। बहुत उथल पुथल होई पई है। जिन्हों हेठली उत्ते कहिंदे उही होई पई है। रब ना करे ये गल नौवी नूं पता लगती है तो वह आप मरू जां मैनू मारू। मैं उस तो बिना किसी होर बारे सोचा वह सह नहीं सकता। किसी होर दी हो जावां ये तो बहुत दूर की गल है। मैं किहड़ा सह सकती हाँ नौवी मेरे नाल धोखा करे बेवफाई करे। जे मैनू उहदी अजिही गल दा पता लग जाए मैं उहदे सिर चढ़ के मर जूँ। पर मैं की करां मेरे कोल बंदा बदलन तो बिना कोई चारा नहीं बचिया। नहा के खुले छड्डे वाल शीशे अगे जाके वाहन लगती हाँ। लम्मा कद तिखा नक पतले होंठ मोटियां अखां प्यारी मुस्कान जिन्हां दी हर कोई तारीफ करता है निहारन लगती हाँ। अखां दुआले काले हुंदे जा रहे घेरे मैनू परेशान कर देंदे ने। हल्का जिहा मेकअप करती हाँ। अजीब जी बेचैनी लगी हुई है। अज मैनू कमल दी उडीक है जिसनू मैं नवे प्यार दा नां दिंदी हाँ। मन दी बेचैनी नू होर आरे लाउण लई मैं टीवी चला लैंदी हाँ। खबरां विच प्रधानमंत्री दा भाषण चल रहा है। वो अपनी मन की बात कह रहा। लोकां नू सबज बाग दिखा रहा। अच्छे दिन आउण दीआं उम्मीदां बना रहा। विआह तो पहलां नौवी ने भी तां मैनू सबज बाग दिखाए सी। असीं इक दूजे नाल मन दीआं गल्लां करदे सोचती सी विआह तो बाद मौजां ही मौजां। पर एक भी सुपना पूरा नहीं होया। सब तो वड्डा दुख मेरी गोद सुन्नी आ। मैं बंदा बदलण वाली मन की बात किसी नाल सांझी भी नहीं कर सकती। ਇਹ ਗੱਲ ਤਾਂ ਮੈਂ ਆਪਣੀ ਸਹੇਲੀ ਰੀਤੂ ਨੂੰ ਤਾਂ ਨਹੀਂ ਦੱਸ ਸਕਦੀ ਜਿਸ ਨਾਲ ਹਰ ਗੱਲ ਕਰ ਲੈਂਦੀ ਹਾਂ। ਇਹ ਵੀ ਕਿ ਰਾਤ ਅਸੀਂ ਕਿੰਨੀ ਵਾਰ ਪਿਆਰ ਕੀਤਾ। ਬੰਦਾ ਬਦਲਣ ਵਾਲੀ ਗੱਲ ਕਿਸੇ ਨੇ ਬਰਦਾਸ਼ਤ ਨਹੀਂ ਕਰਨੀ। ਮੈਨੂੰ ਮਾਰ ਦੇਣਗੇ ਜਾਂ ਘਿਰਨਾ ਕਰਕੇ ਮਰਨ ਜੋਗੀ ਕਰ ਦੇਣਗੇ। ਕੀ ਪਿਆਰ ਕਰਨਾ ਪਾਪ ਹੈ? ਕੀ ਇੱਕ ਬੰਦੇ ਨੂੰ ਹੀ ਪਿਆਰ ਕਰ ਸਕਦੇ ਹਾਂ? ਇੱਕ ਤੋਂ ਜ਼ਿਆਦਾ ਨੂੰ ਪਿਆਰ ਨਹੀਂ ਕਰ ਸਕਦੇ? ਇਹ ਪਿਆਰ ਵੀ ਧਰਮ ਵਾਂਗ ਕੱਟੜ ਹੁੰਦਾ। ਜਿਹੜਾ ਇਹਦੇ ਨਿਯਮ ਨਹੀਂ ਮੰਨਦਾ ਲੋਕ ਉਹਦੀ ਜਾਨ ਦੇ ਦੁਸ਼ਮਣ ਬਣ ਜਾਂਦੇ ਨੇ। ਉਹਨੂੰ ਕਾਫਰ ਕਹਿਣ ਲੱਗਦੇ ਨੇ, ਬੇਵਫਾ ਕਹਿਣ ਲੱਗਦੇ ਨੇ। ਟੀਵੀ ਬੰਦ ਕਰ ਦਿੰਦੀ ਹਾਂ, ਲੈਪਟਾਪ 'ਤੇ ਫੇਸਬੁੱਕ ਖੋਲ੍ਹਦੀ ਹਾਂ। ਇਹਦੇ 'ਤੇ ਜੀ ਜਿਹਾ ਲੱਗ ਜਾਂਦਾ, ਸ਼ਾਇਦ ਮੇਰੀ ਭਟਕਦੀ ਰੂਹ ਨੂੰ ਆਰਾਮ ਜਿਹਾ ਆ ਜਾਵੇ। ਫੇਸਬੁੱਕ 'ਤੇ ਮੈਂ ਖੁਸ਼ੀ ਧਾਲੀਵਾਲ ਦੇ ਨਾਂ ਦੀ ਆਈਡੀ ਬਣਾਈ ਹੋਈ ਹੈ। ਕੱਲ੍ਹ ਸ਼ਾਮ ਨੂੰ ਹੀ ਆਪਣੀ ਸੈਲਫੀ ਮੁਸਕਾਨ ਲਿਖ ਕੇ ਪਾਈ ਸੀ। ਉਸ ਉੱਤੇ ਪ੍ਰਸ਼ੰਸਾਮਈ ਕਮੈਂਟਾਂ ਦੀ ਗਿਣਤੀ ਸੈਂਕੜੇ ਤੱਕ ਪਹੁੰਚ ਗਈ ਹੈ। ਲਾਈਕ ਤਾਂ ਹਜ਼ਾਰਾਂ ਤੱਕ ਪਹੁੰਚਣ ਵਾਲੇ ਹੋ ਗਏ ਨੇ। ਇਨਬੋਕਸ ਖੋਲ੍ਹ ਕੇ ਮੈਸੇਜ ਪੜ੍ਹਦੀ ਹਾਂ। ਮੇਰੇ ਦੀਵਾਨਿਆਂ ਦੇ ਲਵ ਯੂ ਮਿਸ ਯੂ ਦੇ ਸੈਂਕੜੇ ਮੈਸੇਜ ਆਏ ਪਏ ਨੇ। 2 ਘੰਟੇ ਫੇਸਬੁੱਕ ਅਪਡੇਟ ਨਾ ਕਰਾਂ ਤਾਂ ਉਹ ਮੈਨੂੰ ਮਿਸ ਕਰਨ ਲੱਗਦੇ ਨੇ। ਮੈਨੂੰ ਇੰਨਾ ਪਿਆਰ ਵੀ ਹੋਣੇ ਲੋਕਾਂ 'ਤੇ ਤਰਸ ਆਉਂਦਾ। ਕਈ ਵਿਚਾਰਿਆਂ ਦੀ ਤਾਂ ਜ਼ਿੰਦਗੀ ਲੰਘ ਜਾਂਦੀ ਹੈ, ਉਹਨਾਂ ਨੂੰ ਕੋਈ ਲਵ ਯੂ ਨਹੀਂ ਕਹਿੰਦਾ। ਕਈ ਵਾਰ ਤਾਂ ਜੀ ਕਰਦਾ ਮੈਂ ਫੇਸਬੁੱਕ 'ਤੇ ਸਟੇਟਸ ਪਾ ਦੇਵਾਂ, ਅੱਜ ਮੈਂ ਪਿਆਰ ਦਾ ਲੰਗਰ ਲਗਾਵਾਂਗੀ, ਫਿਰ ਸਾਰਿਆਂ ਨੂੰ ਪੰਗਤ ਵਿੱਚ ਬਿਠਾ ਕੇ ਪ੍ਰਸ਼ਾਦ ਵਾਂਗ ਵੰਡ ਦੇਵਾਂ। ਮੇਰੇ ਕੋਲ ਫਿਰ ਵੀ ਬਥੇਰਾ ਬਚ ਜਾਣਾ, ਪਰ ਅੱਜ ਮੈਂ ਲੰਗਰ ਤਾਂ ਨਹੀਂ ਲਾਵਾਂਗੀ, 10ਵਾਂ ਦਸਾਉਂਦ ਜ਼ਰੂਰ ਕੱਢੋ। ਕਾਲਜ ਵਿੱਚ BCA ਕਰਦਿਆਂ ਮੈਂ ਫੇਸਬੁੱਕ 'ਤੇ ID ਬਣਾ ਲਈ ਸੀ। ਉਦੋਂ ਜ਼ਿਆਦਾ ਲਵ ਯੂ ਦੇ ਮੈਸੇਜ ਨੌਵੀਂ ਦੇ ਹੀ ਹੁੰਦੇ ਸੀ, ਜਿਹਦੇ ਬਾਰੇ ਸੋਚਦੀ ਸੀ ਜੇ ਉਹ ਨਾ ਮਿਲਿਆ ਤਾਂ ਮੈਂ ਮਰ ਜਾਊਂਗੀ। ਪਰ ਉਦੋਂ ਲੱਗਦਾ ਸੀ ਮੈਂ ਮਰਾਂ ਭਾਵੇਂ ਜੀਵਾਂ, ਪਰ ਇਹ ਖੁਆਇਸ਼ ਮੈਨੂੰ ਮਾਰਨੀ ਪੈਣੀ ਹੈ। ਮੈਂ ਸਾਰੇ ਟੱਬਰ ਦੀ ਲਾਡਲੀ ਸੀ। ਸਾਡਾ ਪਰਿਵਾਰ ਕਹਿੰਦਾ ਸਾਡੀ ਖੁਸ਼ੀ ਨਿਰੀ ਗਊ ਆ। ਮੈਂ ਉਹਨਾਂ ਦਾ ਵਿਸ਼ਵਾਸ ਨਹੀਂ ਤੋੜਨਾ ਚਾਹੁੰਦੀ ਸੀ। ਸਾਊ ਬਣ ਕੇ ਹੀ ਜਿਉਣਾ ਉਹਨਾਂ ਦਾ ਸਾਊ ਬਣ ਕੇ ਹੀ ਜਿਉਣਾ ਚਾਹੁੰਦੀ ਸੀ, ਪਰ ਇੱਕ ਪੈਰ ਗਲਤ ਪੱਟਿਆ ਕਿੱਥੇ ਲਿਆ ਕੇ ਸੁੱਟ ਦਿੰਦਾ ਹੈ। ਜੇ ਉਦੋਂ ਔਖੇ ਵੇਲੇ ਨੌਵੀਂ ਮੇਰੀ ਬਾਂਹ ਨਾ ਫੜਦਾ ਮੈਂ ਮਰ ਜਾਣਾ ਸੀ ਜਾਂ ਘਰਦਿਆਂ ਨੇ ਮਾਰ ਦੇਣਾ ਸੀ।
ਘਰਦਿਆਂ ਲਈ ਤਾਂ ਮੈਂ ਹੁਣ ਵੀ ਮਰੀ ਹੋਈ ਹਾਂ। ਉਹ ਕਹਿੰਦੇ ਹੋਣਗੇ ਗਊਆਂ ਵੀ ਅੱਜ ਕੱਲ੍ਹ ਅਵਾਰਾ ਅਤੇ ਉਜਾੜੇ ਕਰਨ ਵਾਲੀਆਂ ਹੋ ਗਈਆਂ। ਮੇਰੀ ਫੇਸਬੁੱਕ ਬਹੁਤਾ ਚਲਾਉਣ 'ਤੇ ਮੇਰੀ ਸਹੇਲੀ ਰੀਤੂ ਮੈਨੂੰ ਸਮਝਾਉਂਦੀ ਹੋਈ ਕਹਿੰਦੀ ਹੁੰਦੀ ਹੈ, ਫੇਸਬੁੱਕ ਫਰਸਟ੍ਰੇਟ ਲੋਕਾਂ ਦੀ ਪਨਾਹ ਗਾਹ ਹੈ, ਨਸ਼ੇ ਵਾਂਗ ਹੈ, ਸਾਰਾ ਦਿਨ ਫੇਸਬੁੱਕ 'ਤੇ ਬੈਠੀ ਰਹਿੰਦੀ ਹੈ, ਇਤੋਂ ਆਪਣੇ ਆਪ ਨੂੰ ਬਚਾ, ਚੰਗੇ ਕੰਮਾਂ 'ਚ ਬਿਜ਼ੀ ਰਹਿ। ਪਰ ਮੈਂ ਕੀ ਕਰਾਂ, ਮੇਰੀ ਬਹੁਤ ਕੋਸ਼ਿਸ਼ ਕਰਨ 'ਤੇ ਵੀ ਫੇਸਬੁੱਕ ਤੋਂ ਖਹਿੜਾ ਨਹੀਂ ਛੁੱਟਦਾ। ਸੱਚੀ ਇਹ ਇੱਕ ਤਰ੍ਹਾਂ ਦਾ ਨਸ਼ਾ, ਜਦੋਂ ਮੈਂ ਬੋਰ ਹੋਣ ਲੱਗਦੀ ਹਾਂ ਤਾਂ ਫੇਸਬੁੱਕ ਖੋਲ੍ਹ ਲੈਂਦੀ ਹਾਂ। ਮੈਨੂੰ ਰੋਮਾਂਟਿਕ ਕਵਿਤਾ ਹੀ ਪਸੰਦ ਹੈ, ਕਈ ਵਾਰੀ ਕੋਈ ਇਨਕਲਾਬੀ ਗੱਲ ਵੀ ਲਿਖ ਦਿੰਦੀ ਹਾਂ। ਉਹਨਾਂ ਸਤਰਾਂ ਨਾਲ ਆਪਣੀ ਸੈਲਫੀ ਪਾ ਦਿੰਦੀ ਹਾਂ, ਲੋਕਾਂ ਦੀ ਲਾਈਕ ਕਮੈਂਟ ਕਰਨ ਦੀ ਦੌੜ ਲੱਗ ਜਾਂਦੀ ਹੈ। ਮੈਂ ਫੇਸਬੁੱਕ 'ਤੇ ਸੈਲਫੀਆਂ ਪਾ ਪਾ ਕੇ ਸੋਸ਼ਲ ਮੀਡੀਆ ਦੀ ਹੀਰੋਇਨ ਬਣ ਗਈ ਸਾਂ। ਦੀਵਾਨੇ ਤਾਂ ਮੇਰੇ ਬਹੁਤ ਸੀ, ਪਰ ਨੌਵੀਂ ਨਾਲ ਮੇਰਾ ਇਸ਼ਕ ਚੱਲ ਰਿਹਾ ਸੀ। ਅਸੀਂ ਸਨਫਲਾਵਰ ਕਾਨਵੈਂਟ ਸਕੂਲ ਵਿੱਚ ਇਕੱਠੇ ਪੜ੍ਹੇ ਸਾਂ। ਉਹ ਮੇਰੀ ਕਲਾਸ ਦਾ ਹੁਸ਼ਿਆਰ ਵਿਦਿਆਰਥੀ ਸੀ। ਨੌਵੀਂ ਮੈਨੂੰ ਆਪਣੀਆਂ ਜਾਦੂਮਈ ਗੱਲਾਂ ਨਾਲ ਸੁਪਨਿਆਂ ਦੀ ਅਜਿਹੀ ਦੁਨੀਆ ਵਿੱਚ ਲੈ ਜਾਂਦਾ, ਮੈਨੂੰ ਲੱਗਦਾ ਅੱਛੇ ਦਿਨ ਆਉਣ ਵਾਲੇ ਨੇ। ਮੇਰੇ ਹਰ ਪਾਸੇ ਪਿਆਰ ਹੀ ਪਿਆਰ ਸੀ ਜਿਸ ਦੀ ਮੈਂ ਭੁੱਖੀ ਸਾਂ। ਫੇਸਬੁੱਕ ਫਰੈਂਡ ਜਗਤਾਰ ਰੰਧਾਵਾ ਵੀ ਮੇਰੇ ਮਗਰ ਪਿਆ ਹੋਇਆ ਸੀ। ਉਸ ਦਾ ਲੰਮਾ ਕੱਦ ਅਤੇ ਗੋਰਾ ਰੰਗ, ਸੁਨੱਖਾ ਚਿਹਰਾ ਮੈਨੂੰ ਚੰਗਾ ਲੱਗਦਾ ਸੀ। ਉਹ ਵੀ ਆਪਣੀਆਂ ਸੈਲਫੀਆਂ ਫੇਸਬੁੱਕ 'ਤੇ ਪਾਉਂਦਾ ਰਹਿੰਦਾ। ਮੈਂ ਫੇਸਬੁੱਕ 'ਤੇ ਇੱਕ ਸਤਰ ਦਾ ਸਟੇਟਸ ਪਾ ਦਿੰਦੀ, ਉਹਦੀ ਪ੍ਰਸ਼ੰਸਾ ਕਰਦਾ ਅਤੇ ਮਹੱਤਵ ਦੱਸਦਾ ਨਾ ਥੱਕਦਾ। ਮੈਨੂੰ ਪ੍ਰਸ਼ੰਸਾ ਚੰਗੀ ਲੱਗਦੀ ਹੈ। ਮੈਂ ਘਰਦਿਆਂ ਤੋਂ ਚੋਰੀ ਉਸ ਨਾਲ ਮੋਬਾਈਲ 'ਤੇ ਗੱਲ ਵੀ ਕਰ ਲਿਆ ਕਰਦੀ ਸਾਂ। ਉਹ ਹਰ ਵੇਲੇ ਮਿਲਣ ਨੂੰ ਜ਼ੋਰ ਪਾਉਂਦਾ ਰਹਿੰਦਾ। ਮੇਰੀ ਸਹੇਲੀ ਰੀਤੂ ਨੇ ਮੇਰੇ ਕਹਿਣ 'ਤੇ ਖੋਜਬੀਨ ਕਰਕੇ ਦੱਸਿਆ ਕਿ ਉਹ ਵਿਆਹਿਆ ਹੋਇਆ ਹੈ। ਮੇਰੇ ਸਾਹਮਣੇ ਜਗਤਾਰ ਦੇ ਝੂਠ ਦੇ ਬਾਜ ਇੱਕ ਇੱਕ ਕਰਕੇ ਖੁੱਲ੍ਹਣ ਲੱਗੇ। ਮੈਂ ਉਸ ਨਾਲ ਮੋਬਾਈਲ 'ਤੇ ਗੱਲ ਕਰਨੀ ਬੰਦ ਕਰ ਦਿੱਤੀ, ਫੇਸਬੁੱਕ ਤੋਂ ਅਨਫਰੈਂਡ ਕਰ ਦਿੱਤਾ। ਉਹ ਕਮੀਨਗੀ 'ਤੇ ਉੱਤਰ ਆਇਆ। ਮੈਨੂੰ ਵੱਖ ਵੱਖ ਨੰਬਰਾਂ ਤੋਂ ਫੋਨ ਆਉਣ ਲੱਗੇ, ਫੋਨ ਕਰਨ ਵਾਲੇ ਅਸ਼ਲੀਲ ਗੱਲਾਂ ਕਰਦੇ। ਮੈਂ ਬੌਂਦਲ ਗਈ, ਇਹ ਸਭ ਕੀ ਹੋ ਗਿਆ ਪਤਾ ਨਾ ਲੱਗੇ। ਬਾਅਦ ਵਿੱਚ ਪਤਾ ਲੱਗਾ ਜਗਤਾਰ ਨੇ ਮੇਰੀਆਂ ਫੋਟੋਆਂ ਫੇਸਬੁੱਕ ਤੋਂ ਡਾਊਨਲੋਡ ਕਰਕੇ ਫੋਟੋਸ਼ਾਪ ਦੀ ਮਦਦ ਨਾਲ ਮੇਰਾ ਚਿਹਰਾ ਨੰਗੀਆਂ ਤਸਵੀਰਾਂ ਨਾਲ ਜੋੜ ਕੇ ਯੂਟਿਊਬ 'ਤੇ ਪਾ ਦਿੱਤੀਆਂ ਸਨ। ਉਹਨਾਂ ਉੱਪਰ ਕਾਲ ਗਰਲ ਲਿਖ ਦਿੱਤਾ ਸੀ, ਨਾਲ ਮੇਰਾ ਮੋਬਾਈਲ ਨੰਬਰ ਲਿਖ ਦਿੱਤਾ ਸੀ। ਮੈਨੂੰ ਨਹੀਂ ਸੀ ਪਤਾ ਮੇਰੇ ਨਾਲ ਪਿਆਰ ਕਰਨ ਦੀਆਂ ਸਹੁੰਆਂ ਖਾਣ ਵਾਲਾ ਇੰਨਾ ਕਮੀਨਾ ਵੀ ਹੋ ਸਕਦਾ। ਜੇ ਇਸ ਗੱਲ ਦਾ ਸਾਡੇ ਪਰਿਵਾਰ ਨੂੰ ਪਤਾ ਲੱਗ ਜਾਂਦਾ, ਉਹਨਾਂ ਨੇ ਮੈਨੂੰ ਭੋਰਾ ਭੋਰਾ ਵੱਢ ਦੇਣਾ ਸੀ। ਮੇਰਾ ਖੁਦਕੁਸ਼ੀ ਕਰਨ ਨੂੰ ਜੀ ਕਰਦਾ। ਮੈਂ ਸੁੱਕ ਕੇ ਤੀਲਾ ਹੋ ਗਈ। ਮੈਂ ਆਪਣੀ ਫੇਸਬੁੱਕ ID 'ਤੇ ਮੋਬਾਈਲ ਬੰਦ ਕਰ ਦਿੱਤੇ। ਮੈਨੂੰ ਸਾਰੇ ਪੁੱਛਦੇ ਕੀ ਹੋ ਗਿਆ ਡੈਡੀ ਦੀ ਲਾਡਲੀ। ਮੈਂ ਬੁਰੀ ਤਰ੍ਹਾਂ ਫਸ ਗਈ ਸਾਂ। ਜੇ ਅਸੀਂ ਪੁਲਿਸ ਰਿਪੋਰਟ ਲਿਖਾਉਂਦੇ ਮੇਰੀ ਹੀ ਮਿੱਟੀ ਪਲੀਤ ਹੋਣੀ ਸੀ। ਡੈਡੀ ਦੁਬਈ ਤੋਂ ਕਈ ਸਾਲਾਂ ਬਾਅਦ ਆਏ ਸੀ। ਸਾਡਾ ਸਾਂਝਾ ਪਰਿਵਾਰ ਸੀ, ਦੋ ਭੈਣ ਭਰਾ ਅਸੀਂ ਸਾਂ, ਚਾਚਾ ਜੀ ਦੇ ਦੋ ਬੱਚੇ ਸਨ। ਸਾਡੇ ਲਈ ਕੁਝ ਨਾ ਕੁਝ ਲਿਆਏ ਸੀ, ਘਰ ਦਾ ਮਾਹੌਲ ਖੁਸ਼ੀਆਂ ਭਰਿਆ ਸੀ। ਮੇਰੇ ਲਈ ਮੋਬਾਈਲ ਲੈ ਕੇ ਆਏ ਸੀ, ਪਰ ਮੇਰਾ ਮੋਬਾਈਲ ਤੋਂ ਦੂਰ ਬੱਚਣ ਨੂੰ ਮਨ ਕਰਦਾ। ਇੱਕ ਅਜੀਬ ਜਿਹਾ ਡਰ ਮੇਰੇ ਮਨ ਵਿੱਚ ਬੈਠ ਗਿਆ ਸੀ। ਕੁਝ ਕੁ ਦਿਨਾਂ ਬਾਅਦ ਘਰ ਦਾ ਖੁਸ਼ੀਆਂ ਭਰਿਆ ਮਾਹੌਲ ਅਚਾਨਕ ਹੀ ਗਮ ਵਿੱਚ ਬਦਲ ਗਿਆ। ਸਾਡੇ ਦਰਾਂ ਮੂਹਰੇ ਮੋਟਰਸਾਈਕਲ ਆ ਕੇ ਰੁਕਿਆ। ਓਪਰਾ ਬੰਦਾ ਸਾਡੇ ਘਰ ਆਇਆ। ਉਹਨੇ ਦੁਖੀ ਮਨ ਨਾਲ ਦੱਸਿਆ GT ਰੋਡ 'ਤੇ ਐਕਸੀਡੈਂਟ ਹੋ ਗਿਆ, ਮੱਖਣ ਸਿਉਂ ਨਹੀਂ ਰਿਹਾ। ਅਚਾਨਕ ਇੱਕ ਗਊ ਸੜਕ 'ਤੇ ਨਿਕਲ ਆਈ, ਉਹਦੇ 'ਤੇ ਵੱਜੀ। ਮਾਂ ਨੇ ਦੁਹੱਥੜਾ ਮਾਰ ਕੇ ਰੋਂਦਿਆਂ ਕਿਹਾ, ਸਾਡਾ ਕੁਝ ਵੀ ਨਹੀਂ ਰਿਹਾ ਵੀ ਲੁਕੋ, ਸਭ ਦਾ ਰੋ ਰੋ ਬੁਰਾ ਹਾਲ ਹੋ ਗਿਆ। ਮੈਨੂੰ ਦੰਦਲ 'ਤੇ ਦੰਦਲ ਪਈ ਜਾਂਦੀ। ਮਾਂ ਦੇ ਦਿਮਾਗ ਨੂੰ ਪਤਾ ਨਹੀਂ ਕੀ ਹੋ ਗਿਆ। ਘਰੇ ਚਾਚਾ ਚਾਚੀ ਦੀ ਪੁੱਗਣ ਲੱਗੀ। ਸਾਰਾ ਟੱਬਰ ਮੈਨੂੰ ਹੋਰੋਂ ਨਜ਼ਰਾਂ ਨਾਲ ਦੇਖਣ ਲੱਗਾ, ਜਿਸ ਵਿੱਚ ਨਫ਼ਰਤ ਵਰਗਾ ਕੁਝ ਸੀ। ਮੇਰੇ ਦਿਲ ਨੂੰ ਘੇਰਨੀ ਜਿਹੀ ਆਈ ਜਾਂਦੀ। ਮੈਂ ਚਾਚਾ ਚਾਚੀ ਗੱਲਾਂ ਕਰਦੇ ਸੁਣੇ। ਉਹ ਮੰਮੀ ਨੂੰ ਸਮਝਾ ਰਹੇ ਸੀ, ਮੁੰਡਾ ਚੰਗਾ ਖਾਂਦੇ ਪੀਂਦੇ ਘਰ ਦਾ, ਨੌਕਰੀਆਂ ਵਾਲੇ ਮੁੰਡੇ ਕਿਤੇ ਧਰੇ ਪਏ ਨੇ, ਨਾਲੇ ਰੂੜੀ ਦਾ ਕੂੜਾ ਤਾਂ ਰੂੜੀ 'ਤੇ ਸਿੱਟਣਾ ਹੀ ਪੈਣਾ, ਰੱਬ ਨਾ ਕਰੇ ਕੁਝ ਮਾੜਾ ਵਾਪਰ ਗਿਆ, ਇਸ ਕੁੜੀ ਨੇ ਕਿਤੇ ਮੂੰਹ ਦਿਖਾਉਣ ਜੋਗਾ ਨਹੀਂ ਛੱਡਣਾ। ਜਿਹੜਾ ਬੰਦਾ ਮੇਰੇ ਲਈ ਲੱਭਿਆ ਉਹ ਮਾਸਟਰ ਸੀ।
ਉਹਦੀ ਪਹਿਲੀ ਪਤਨੀ ਨੇ ਖੁਦਕੁਸ਼ੀ ਕਰ ਲਈ ਸੀ। ਉਹਦੀ 5 ਕੁ ਸਾਲ ਦੀ ਬੱਚੀ ਸੀ। ਸਾਡੇ ਪਰਿਵਾਰ ਲਈ ਖੁਸ਼ੀ ਦੀ ਗੱਲ ਇਹ ਸੀ ਉਹ ਦਾਜ ਨਹੀਂ ਲੈ ਰਿਹਾ ਸੀ। ਮੈਂ ਉੱਥੇ ਜਾਂਦੀ ਨਹੀਂ 5 ਸਾਲ ਦੀ ਬੱਚੀ ਦੀ ਮਾਂ ਬਣ ਜਾਣਾ ਸੀ। ਹੁਣ ਮੈਂ ਵਿਆਹ ਤੋਂ 10 ਸਾਲ ਬਾਅਦ ਵੀ ਮਾਂ ਨਹੀਂ ਬਣ ਸਕੀ। ਮੰਮੀ ਫੋਟੋਆਂ ਵਾਲੀ ਗੱਲ ਕਰਕੇ ਅੰਦਰੋਂ ਡਰੀ ਹੋਈ ਸੀ। ਉਹਨੇ ਮੁੰਡੇ ਦੇ ਦਹਾਜੂ ਹੋਣ ਦੀ ਗੱਲ ਚਿਤਾਰੀ ਵੀ। ਉਹਦੀ ਪਤਨੀ ਨੂੰ ਦਾਜ ਲਈ ਤੰਗ ਕਰਕੇ ਖੁਦਕੁਸ਼ੀ ਲਈ ਮਜਬੂਰ ਕਰਨ ਦਾ ਕੇਸ ਵੀ ਦਰਜ ਸੀ, ਪਰ ਉਹਦਾ ਨੌਕਰੀ 'ਤੇ ਲੱਗਿਆ ਹੋਣਾ ਸਾਰੇ ਐਬ ਧੋ ਰਿਹਾ ਸੀ। ਵਿਆਹ ਦੀ ਤਿਆਰੀ ਜ਼ੋਰ ਸ਼ੋਰ ਨਾਲ ਹੋਣ ਲੱਗੀ। ਮੁੰਡੇ ਨੂੰ ਮੇਰੀ ਫੋਟੋ ਪਸੰਦ ਆ ਗਈ। ਮੇਰੇ ਕੋਲੋਂ ਇੱਕ ਵਾਰ ਵੀ ਨਾ ਪੁੱਛਿਆ 10 ਨਵੰਬਰ ਦਾ ਵਿਆਹ ਰੱਖਿਆ ਗਿਆ। ਭਾਵੇਂ ਅਸੀਂ ਦਾਜ ਨਹੀਂ ਦੇਣਾ, ਪਰ ਚਾਚੀ ਦੇ ਕਹਿਣ ਵਾਂਗ ਧੀਆਂ ਧਿਆਣੀਆਂ ਖਾਲੀ ਹੱਥ ਵੀ ਨਹੀਂ ਤੋਰੀਆਂ ਜਾਂਦੀਆਂ। ਮੈਂ ਸੋਚਦੀ ਮੇਰਾ ਕੀ ਕਸੂਰ, ਮੈਂ ਕਿਉਂ ਕਰਵਾਵਾਂ ਦਹਾਜੂ ਕਾਤਲ ਨਾਲ ਵਿਆਹ, ਪਰ ਕਿਸੇ ਨੂੰ ਕਹਿ ਨਾ ਸਕਦੀ। ਮੇਰੇ ਲਈ ਵਿਆਹ ਦਾ ਨਿੱਕ ਸੁੱਖ ਖਰੀਦਣਾ ਸੀ। ਮੰਮੀ ਮੈਨੂੰ ਨਾਨਕੇ ਲੈ ਕੇ ਚਲੀ ਗਈ। ਉਹ ਸ਼ਹਿਰ ਨੁਮਾ ਕਸਬੇ 'ਚ ਰਹਿੰਦੇ ਸੀ। ਮੰਮੀ, ਮਾਮਾ ਜੀ ਅਤੇ ਮਾਮੀ ਜੀ ਮੈਥੋਂ ਪਰੇ ਪਤਾ ਨਹੀਂ ਕੀ ਕੁਸਰ ਮੁਸਰ ਕਰਦੇ ਰਹੇ। ਮੈਨੂੰ ਕੁਝ ਵੀ ਚੰਗਾ ਨਹੀਂ ਲੱਗ ਰਿਹਾ, ਇੱਕ ਅਚੋਤਾਈ ਜਿਹੀ ਲੱਗੀ ਹੋਈ। ਮੈਂ ਕਮਰੇ 'ਚ ਜਾ ਕੇ ਮਾਮਾ ਜੀ ਦੇ ਲੈਪਟੋਪ ਤੋਂ ਫੇਸਬੁੱਕ ਖੋਲ੍ਹ ਕੇ ਬੈਠ ਗਈ, ਜਿਹੜੀ ਪਹਿਲਾਂ ਮੈਂ ਡਿਲੀਟ ਕਰ ਦਿੱਤੀ ਸੀ। ਮੇਰੀ ਸਹੇਲੀ ਰੀਤੂ ਦੇ ਕਹਿਣ ਵਾਂਗ ਸੱਚੀ ਇਹ ਬੜੀ ਭੈੜੀ ਬਿਮਾਰੀ ਆ, ਖਹਿੜਾ ਨਹੀਂ ਛੱਡਦੀ। ਭਾਵੇਂ ਫੇਸਬੁੱਕ ਕਰਕੇ ਇੰਨੇ ਸੰਕਟ 'ਚੋਂ ਲੰਘ ਰਹੇ ਸਾਂ, ਨੌਵੀਂ ਦੇ ਬਹੁਤ ਮਿਸ ਯੂ ਲਵ ਯੂ ਦੇ ਮੈਸੇਜ ਆਏ ਹੋਏ ਸੀ। ਮੈਂ ਇਹਨੂੰ ਲਿਖ ਦਿੱਤਾ, ਜਿਉਂਦਾ ਵਸਦਾ ਰਹੇ, ਆਪਾਂ ਹੁਣ ਆਖਰੀ ਵਾਰ ਗੱਲ ਕਰ ਰਹੇ ਹਾਂ। 10 ਨਵੰਬਰ ਨੂੰ ਮੇਰਾ ਵਿਆਹ ਹੈ, ਮੇਰੇ ਘਰ ਦੇ ਮੇਰਾ ਵਿਆਹ ਧੱਕੇ ਨਾਲ ਕਰ ਰਹੇ ਨੇ। ਨੌਵੀਂ ਔਨਲਾਈਨ ਸੀ, ਉਹਦਾ ਮੈਸੇਜ ਆ ਗਿਆ, ਧੱਕਾ ਨਹੀਂ ਮੈਂ ਹੋਣ ਦਿੰਦਾ, ਮੈਂ ਤੇਰੇ ਨਾਲ ਜ਼ਿੰਦਗੀ ਗੁਜ਼ਾਰਨੀ ਚਾਹੁੰਦਾ, ਤੂੰ ਮੈਨੂੰ ਆ ਕੇ ਮਿਲ ਚੰਡੀਗੜ੍ਹ। ਫਿਰ ਉਹਨੇ ਇਕੱਠਿਆਂ ਜੀਣ ਮਰਨ ਦੀਆਂ ਕਸਮਾਂ ਭਰਿਆ ਲੰਮਾ ਚੌੜਾ ਮੈਸੇਜ ਭੇਜਿਆ। ਮੈਨੂੰ ਨਹੀਂ ਲੱਗਦਾ ਸੀ ਕਿ ਮੈਂ ਉਹਨੂੰ ਮਿਲ ਸਕਾਂਗੀ, ਮੇਰੇ ਉੱਤੇ ਸਖਤ ਪੈਰਾ ਸੀ। ਫਿਰ ਵੀ ਮੈਂ ਮੈਸੇਜ ਵਿੱਚ ਹਾਂ ਲਿਖ ਦਿੱਤੀ। ਮੈਂ ਰਾਤ ਪਾਸੇ ਮਾਰਦਿਆਂ ਕੱਟੀ। ਦੂਜੇ ਦਿਨ ਮੈਂ ਮੰਮੀ ਅਤੇ ਮਾਸੀ ਜੀ ਬਾਜ਼ਾਰੋਂ ਵਿਆਹ ਦਾ ਸਮਾਨ ਖਰੀਦਣ ਗਈ ਹਾਂ। ਮੈਨੂੰ ਖਰੀਦਦਾਰੀ ਦਾ ਬਹੁਤ ਚਾਅ ਹੁੰਦਾ, ਪਰ ਉਸ ਦਿਨ ਮੇਰਾ ਖਰੀਦਦਾਰੀ 'ਚ ਮਨ ਨਹੀਂ ਸੀ। ਅਜੀਬ ਜਿਹੀ ਬੇਚੈਨੀ ਲੱਗੀ ਹੋਈ। ਮੰਮੀ ਅਤੇ ਮਾਸੀ ਜੀ ਜਦੋਂ ਕਿਸੇ ਚੀਜ਼ ਬਾਰੇ ਮੇਰਾ ਹੁੰਗਾਰਾ ਪਾਲਦੇ, ਮੈਂ ਝੱਟ ਹਾਂ ਵਿੱਚ ਸਿਰ ਹਿਲਾ ਦਿੰਦੀ। ਮਾਮੀ ਜੀ ਆਖਦੇ, ਦੇਖ ਲੈ ਨਖਰੇਲੋ ਫਿਰ ਨਾ ਕਹੀਂ। ਮੈਂ ਤਾਂ ਹੋਰ ਹੀ ਭੰਨਾ ਘਾੜਤਾਂ 'ਚ ਪਈ ਉੱਥੋਂ ਗੈਰ ਹਾਜ਼ਰ ਹੁੰਦੀ ਸਾਂ। ਨੌਵੀਂ ਨਾਲ ਹਸੀਨ ਦੁਨੀਆ ਵਸਾਉਣ ਦੇ ਸੁਪਨੇ ਜਾਗਦਿਆਂ ਹੀ ਦੇਖਦੀ ਰਹਿੰਦੀ। ਮੈਨੂੰ ਲੱਗਦਾ ਨੌਵੀਂ ਨੂੰ ਮਿਲਦਿਆਂ ਹੀ ਮੇਰੀਆਂ ਝੋਲੀਆਂ ਖੁਸ਼ੀਆਂ ਨਾਲ ਭਰ ਜਾਣਗੀਆਂ। ਮੇਰਾ ਮਨ ਕਰੇ ਕਿਹੜਾ ਵੇਲਾ ਹੋਵੇ ਇਹਨਾਂ ਦੋਵਾਂ ਤੋਂ ਅੱਖ ਬਚਾ ਕੇ ਉਡਾਰੀ ਮਾਰ ਜਾਵਾਂ, ਨੌਵੀਂ ਕੋਲ ਚਲੀ ਜਾਵਾਂ। ਸ਼ਾਮ ਨੂੰ ਮਾਮੀ ਜੀ ਨੇ ਸਵੇਰ ਦੇ ਰੱਖੇ ਦੁੱਧ ਨੂੰ ਕੜਾਹੀ 'ਚ ਪਾ ਕੇ ਚੁੱਲ੍ਹੇ 'ਤੇ ਰੱਖ ਦਿੱਤਾ। ਦੁੱਧ ਦਾ ਖੋਆ ਮਾਰਨਾ ਸੀ, ਫਿਰ ਮੈਨੂੰ ਮਾਂਜਾ ਰਲਾ ਕੇ ਦੇਣਾ ਸੀ। ਮਾਮਾ ਜੀ ਸ਼ਾਇਦ ਦਫ਼ਤਰ ਤੋਂ ਬਾਅਦ ਕਿਸੇ ਹੋਰ ਕੰਮ ਚਲੇ ਗਏ, ਉਹ ਅਜੇ ਆਏ ਨਹੀਂ ਸੀ। ਮੈਨੂੰ ਖੋਆ ਮਾਰਨ ਲਈ ਖੁਰਚਣਾ ਦੇ ਕੇ ਕੜਾਹੀ 'ਤੇ ਬਿਠਾ ਦਿੱਤਾ। ਮੈਂ ਕੜਾਹੀ 'ਚ ਖੁਰਚਣਾ ਫੇਰਨ ਲੱਗੀ। ਮੇਰਾ ਦਿਲ ਕਾਲਾ ਪਈ ਜਾ ਰਿਹਾ ਸੀ। ਕਈ ਗਲਾਸ ਪਾਣੀ ਦੇ ਪੀ ਗਈ ਸਾਂ, ਪਰ ਪਿਆਸ ਨਹੀਂ ਬੁਝਦੀ ਸੀ। ਤੇਰਾ ਚਿੱਤ ਤਾਂ ਠੀਕ ਆ, ਮੰਮੀ ਨੇ ਪੁੱਛਿਆ। ਮੰਮੀ ਅਤੇ ਮਾਮੀ ਜੀ ਬਾਹਰਲੇ ਵਿਹੜੇ ਮੱਝਾਂ ਦੀਆਂ ਧਾਰਾਂ ਕੱਢਣ ਚਲੀਆਂ ਗਈਆਂ। ਮੇਰੇ ਪੈਰਾਂ ਹੇਠ ਅੱਗ ਮੱਚਣ ਲੱਗੀ। ਮੈਨੂੰ ਮਸੀ ਮੌਕਾ ਮਿਲਿਆ। ਮੈਂ ਆਪਣਾ ਪਰਸ ਚੱਕਿਆ, ਉਸ ਵਿੱਚ 116 ਰੁਪਏ ਸੀ। ਪੇਟੀ 'ਚੋਂ ਨਵੀਂ ਚੁੰਨੀ ਕੱਢੀ, ਬਿੱਲੀ ਵਾਂਗ ਪੋਲੇ ਪੈਰੀ ਘਰੋਂ ਬਾਹਰ ਨੂੰ ਨਿਕਲ ਤੁਰੀ। ਮੇਰੇ ਪੈਰੀਂ ਚੱਪਲਾਂ ਸੀ। ਮੈਂ ਇੱਕ ਚਲਾਕੀ ਖੇਡੀ, ਘਰੋਂ ਨਹਿਰ ਵੱਲ ਚਲੀ ਗਈ। ਨਹਿਰ ਦੇ ਕੰਢੇ 'ਤੇ ਚੱਪਲਾਂ ਅਤੇ ਜਿਹੜੀ ਚੁੰਨੀ ਮੇਰੇ ਸਿਰ 'ਤੇ ਸੀ ਕੜੀ ਰੱਖ ਦਿੱਤੀਆਂ। ਦੂਜੀ ਚੁੰਨੀ ਲੈ ਲਈ ਅਤੇ ਆ ਕੇ ਚੌਂਕ ਵਿੱਚ ਖੜ ਗਈ। ਮੇਰਾ ਦਿਲ ਜ਼ੋਰ ਜ਼ੋਰ ਨਾਲ ਧੜਕ ਰਿਹਾ ਸੀ। ਚੁੰਨੀ ਨਾਲ ਮੂੰਹ ਟੱਕੀ ਖੜੀ ਸੀ। ਜਿਹੜੀ ਵੀ ਬੱਸ ਮਿਲਣੀ ਸੀ ਚੜ੍ਹ ਜਾਣਾ ਸੀ। ਨੌਵੀਂ ਨੇ ਕਿਹਾ ਸੀ, ਕੋਈ ਚੀਜ਼ ਘਰੋਂ ਨਾ ਚੱਕੀ, ਜਿੱਥੋਂ ਤੱਕ ਬੱਸ ਜਾ ਸਕਦੀ ਹੈ ਆ ਜਾਈ, ਫਿਰ ਮੈਂ ਆਪੇ ਤੈਨੂੰ ਆ ਕੇ ਲੈ ਜਾਵਾਂਗਾ। ਚੰਡੀਗੜ੍ਹ ਵਾਲੀ ਬੱਸ ਮਿਲ ਗਈ। ਮੈਂ ਨੌਵੀਂ ਨੂੰ ਫੋਨ ਕਰ ਦਿੱਤਾ। ਸ਼ਾਮ ਦਾ ਸਮਾਂ,
ਬੱਸ 'ਚ ਚਾਰ ਕੁ ਸਵਾਰੀਆਂ। ਬੱਸ ਚੜ ਕੇ ਮੈਂ ਠੱਕ ਠੱਕ ਧੜਕਦੇ ਦਿਲ ਨਾਲ ਸੀਟ 'ਤੇ ਬੈਠ ਗਈ। ਨੰਗੇ ਪੈਰੀਂ ਸੀਟ ਹੇਠਾਂ ਲੁਕਾਉਣ ਲੱਗੀ। ਪੈਰ ਹੀ ਨਹੀਂ, ਮੈਂ ਆਪਣਾ ਸਾਰਾ ਸਰੀਰ ਹੀ ਲੋਕਾਂ ਤੋਂ ਲੁਕਾਉਣਾ ਚਾਹੁੰਦੀ ਸੀ। ਮੈਨੂੰ ਕੋਈ ਦੇਖੇ ਨਾ। ਮੇਰੇ ਮਨ 'ਚ ਡਰ ਸੀ, ਸਹਿਮ ਸੀ, ਸਰੀਰ ਨੂੰ ਕਾਂਬਾ ਜਿਹਾ ਛਿੜੀ ਜਾਂਦਾ। ਮੈਂ ਜਾਣਦੀ ਸੀ ਘਰੋਂ ਨਿਕਲਦਿਆਂ ਹੀ ਮੇਰੇ ਲਈ ਘਰ ਦੇ ਦਰਵਾਜ਼ੇ ਬੰਦ ਹੋ ਜਾਣਗੇ। ਹੁਣ ਮੈਂ ਅੱਗੇ ਹੀ ਅੱਗੇ ਜਾਣਾ। ਜੇ ਨੌਵੀਂ ਵੀ ਜਗਤਾਰ ਵਾਂਗ ਹੀ ਕਰ ਗਿਆ। ਅਜੀਬ ਜਿਹੇ ਡਰ ਨਾਲ ਮੇਰੀਆਂ ਲੱਤਾਂ ਕੰਬ ਰਹੀਆਂ ਸਨ। ਨਹੀਂ, ਉਹ ਅਜਿਹਾ ਨਹੀਂ ਕਰ ਸਕਦਾ, ਮੇਰਾ ਮਨ ਕਹਿੰਦਾ। ਉਹ ਸੱਚਾ ਪਿਆਰ ਕਰਦਾ। ਚੰਡੀਗੜ੍ਹ ਬੱਸ ਅੱਡੇ 'ਤੇ ਜਾ ਉਤਰੀ। ਅੱਗੇ ਨੌਵੀਂ ਅਤੇ ਉਹਦੇ ਦੋਸਤ ਕਾਰ ਲਈ ਖੜ੍ਹੇ ਮੈਨੂੰ ਹੀ ਉਡੀਕ ਰਹੇ ਸਨ। ਆ ਗਈ ਮੇਰੀ ਜਾਨ, ਹੁਣ ਸਾਰੀ ਉਮਰ ਕੋਈ ਫਿਕਰ ਨਾ ਕਰੀ। ਨੌਵੀਂ ਨੇ ਮੈਨੂੰ ਜੱਫੀ 'ਚ ਘੁੱਟ ਲਿਆ। ਉਹਨਾਂ ਕੋਲ ਮੇਰੇ ਲਈ ਸੁਹਾਗ ਸੂਟ, ਚੂੜਾ ਅਤੇ ਹੋਰ ਵਿਹਲੀ ਕੁੜੀ ਵਾਲਾ ਸਮਾਨ ਵੀ ਸੀ। ਨੌਵੀਂ ਮੈਨੂੰ ਆਪਣੇ ਦੋਸਤ ਦੇ ਘਰ ਲੈ ਗਿਆ। ਦੂਜੇ ਦਿਨ ਅਸੀਂ ਕੋਰਟ ਮੈਰਿਜ ਕਰਵਾ ਲਈ। ਨਹਿਰ ਦੇ ਕੰਢੇ ਮੇਰੀਆਂ ਚੱਪਲਾਂ, ਘੜੀ ਅਤੇ ਚੁੰਨੀ ਮਿਲ ਜਾਣ 'ਤੇ ਹੋ ਸਕਦਾ ਸਾਡੇ ਪਰਿਵਾਰ ਨੇ ਸ਼ੁਕਰ ਮਨਾਇਆ ਹੋਵੇ। ਸ਼ਾਇਦ ਨਮੋਸ਼ੀ 'ਚ ਡੁੱਬ ਗਏ ਹੋਣ। ਜਵਾਨ ਧੀ ਦਾ ਮਰਨਾ ਨਿਕਲ ਜਾਣ ਨਾਲੋਂ ਵੀ ਜ਼ਿਆਦਾ ਨਮੋਸ਼ੀ ਦਵਾਉਂਦਾ। ਸ਼ਾਇਦ ਉਹ ਨਹਿਰਾਂ ਬੰਦ ਕਰਵਾ ਕੇ ਮੇਰੀ ਲਾਸ਼ ਲੱਭ ਰਹੇ ਹੋਣ। ਮੇਰੀ ਮਾਂ ਦਾ ਰੋ ਰੋ ਕੇ ਬੁਰਾ ਹਾਲ ਹੋ ਗਿਆ ਹੋਣਾ। ਪਹਿਲਾਂ ਪਤੀ ਚਲਾ ਗਿਆ, ਹੁਣ ਧੀ। ਉਹ ਤਾਂ ਹੋਰ ਵੀ ਕਮਲੀ ਹੋ ਗਈ ਹੋਣੀ ਆ। ਜਿਹੜਾ ਦੁੱਧ ਮੈਂ ਚੁੱਲ੍ਹੇ 'ਤੇ ਕੜਾਈ 'ਚ ਕੜਦਾ ਛੱਡ ਆਈ ਸੀ, ਪਤਾ ਨਹੀਂ ਕਿੰਨਾ ਕੁ ਕੜਿਆ ਹੋਣਾ। ਕਾਫੀ ਸਮੇਂ ਬਾਅਦ ਮੈਂ ਆਪਣੀ ਸਹੇਲੀ ਰੀਤੂ ਰਾਹੀਂ ਪਤਾ ਕੀਤਾ। ਮੰਮੀ ਨੂੰ ਆਪਣੇ ਆਪ ਦੀ ਸੁਰਤ ਨਹੀਂ ਰਹੀ। ਮੇਰੇ ਕਈ ਵਾਰ ਹੌਲ ਜਿਹਾ ਪੈ ਜਾਂਦਾ। ਜੀ ਕਰਦਾ ਭੱਜ ਕੇ ਮੰਮੀ ਕੋਲ ਚਲੀ ਜਾਵਾਂ। ਵੀਰੇ ਹੋਰੀ ਬਹੁਤ ਯਾਦ ਆਉਂਦੇ। ਸਾਰੇ ਪਰਿਵਾਰ ਦੀ ਉਹ ਫੋਟੋ ਜਿਹੜੀ ਮੈਂ ਲੁਕਾ ਲਿਆਈ ਸੀ, ਮੈਂ ਦੇਖ ਕੇ ਰੋਂਦੀ ਰਹਿੰਦੀ। ਕੁਝ ਦਿਨਾਂ ਬਾਅਦ ਨੌਵੀਂ ਮੈਨੂੰ ਘਰ ਲੈ ਗਿਆ। ਉਹਦੇ ਮੰਮੀ ਡੈਡੀ ਘਰ ਸੀ, ਭੈਣ ਵੀ ਆਈ ਹੋਈ ਸੀ। ਘਰ ਗਏ, ਨਾ ਕਿਸੇ ਨੇ ਪਾਣੀ ਵਾਰ ਕੇ ਪੀਤਾ, ਨਾ ਤੇਲ ਚੋਇਆ। ਮੈਨੂੰ ਘਰ ਦਾ ਮਾਹੌਲ ਕੁੱਟਵਾਂ ਜਿਹਾ ਲੱਗਿਆ। ਇਹਦੇ ਡੈਡੀ ਦਾ ਸੁਭਾਅ ਤਾਂ ਚੰਗਾ ਲੱਗਾ, ਉਹਨੇ ਮੱਥੇ ਤਿਊੜੀ ਨਾ ਪਾਈ। ਸੱਸ ਦੀ ਬੁੜਬੁੜ ਮੇਰੇ ਕੰਨੀ ਪਈ, ਐਵੇਂ ਗੋਰੇ ਰੰਗ 'ਤੇ ਡੁੱਲ੍ਹ ਗਿਆ। ਪਤਾ ਨਹੀਂ ਕਿਹੜੀ ਜਾਤ ਕੁ ਜਾਤ ਆ, ਜਿਹੜੀ ਆਪਣੇ ਮਾਂ ਬਾਪ ਨੂੰ ਛੱਡ ਆਈ, ਕਦੇ ਤੈਨੂੰ ਵੀ ਛੱਡ ਕੇ ਤੁਰਜੂ। ਪਿਆਰ ਕਰਨ ਵਾਲਿਆਂ ਦਾ ਸਾਰਾ ਜ਼ਮਾਨਾ ਦੁਸ਼ਮਣ ਕਿਉਂ ਹੁੰਦਾ, ਮੈਨੂੰ ਸਮਝ ਨਾ ਲੱਗਦਾ। ਨੌਵੀਂ ਮੇਰੇ ਦਿਲ ਦੀ ਸਮਝਦਾ, ਉਹ ਮੈਨੂੰ ਦੁਨੀਆ ਦੇ ਸਾਰੇ ਸੁੱਖ ਦੇਣਾ ਚਾਹੁੰਦਾ ਸੀ। ਅਸੀਂ ਪਿੰਡੋਂ ਸ਼ਹਿਰ ਆ ਗਏ। ਉਹ ਪ੍ਰਾਈਵੇਟ ਸਕੂਲ 'ਚ ਪੜ੍ਹਾਉਣ ਲੱਗਿਆ। ਉਹ ਘਰ ਦੇ ਕਲੇਸ਼ ਤੋਂ ਦੂਰ ਲੈ ਗਿਆ। ਜਦੋਂ ਸਕੂਲਾਂ ਵਿੱਚ ਛੁੱਟੀਆਂ ਹੁੰਦੀਆਂ, ਅਸੀਂ ਕੁਝ ਦਿਨਾਂ ਲਈ ਪਿੰਡ ਚਲੇ ਜਾਂਦੇ। ਮੇਰੀ ਸੱਸ ਬਿਮਾਰ ਰਹਿਣ ਲੱਗੀ। ਹੁਣ ਉਹ ਪਹਿਲਾਂ ਵਾਂਗ ਨਹੀਂ ਦੁਰਕਾਰਦੀ। ਇੱਕ ਦਿਨ ਮੇਰੀ ਸੱਸ ਗੁਆਂਢਣ ਨਾਲ ਗੱਲਾਂ ਕਰ ਰਹੀ ਸੀ। ਉਹ ਗੱਲਾਂ 'ਚ ਇੰਨੀਆਂ ਰੁੱਝੀਆਂ ਹੋਈਆਂ ਸਨ, ਉਹਨਾਂ ਨੂੰ ਪਤਾ ਹੀ ਨਾ ਲੱਗਾ ਮੈਂ ਚਾਹ ਵਾਲੀ ਟ੍ਰੇ ਫੜੀ ਉਹਨਾਂ ਦੇ ਪਿੱਛੇ ਖੜ੍ਹੀ ਸੀ। ਮੇਰੀ ਸੱਸ ਉਹਦੇ ਮੂੰਹ ਨਾਲ ਮੂੰਹ ਜੋੜੀ ਕਹਿ ਰਹੀ ਸੀ, ਗਧੀ ਘੋੜੀ ਹੋਵੇ ਤਾਂ ਆਸ ਹੁੰਦੀ ਆ ਵੀ ਉਹ ਸੂਆ ਦੇਣਗੀਆਂ, ਅੱਗੇ ਪੀੜ੍ਹੀ ਚੱਲੂ। ਅਸੀਂ ਤਾਂ ਖੱਚਰ ਪਾਲੀ ਹੋਈ ਆ, ਕਦੇ ਖੱਚਰ ਵੀ ਸੂਈ ਆ। ਊਂ ਤਾਂ ਚੰਗਾ ਹੀ ਆ, ਪਤਾ ਨਹੀਂ ਕਿਹੜੀ ਜਾਤ ਕੁ ਜਾਤ ਆ, ਪੀੜ੍ਹੀ 'ਚ ਕਾਣ ਪੈਣ ਨਾਲੋਂ ਤਾਂ ਬੰਦਾ ਔਂਤ ਚੰਗਾ। ਚਾਹ ਵਾਲੀ ਟ੍ਰੇ ਮੇਰੇ ਹੱਥੋਂ ਡਿੱਗਦੀ ਡਿੱਗਦੀ ਬਚੀ। ਮੈਨੂੰ ਬੇਹੋ ਲੱਗਣ ਲੱਗੀਆਂ। ਮੈਂ ਉਵੇਂ ਚਾਹ ਮੋੜ ਕੇ ਰਸੋਈ ਵਿੱਚ ਲਿਜਾ ਰੱਖੀ। ਰਿਸ਼ਤੇਦਾਰੀ 'ਚ ਜਾਂ ਆਂਢ ਗੁਆਂਢ ਕਿਸੇ ਦੇ ਬੱਚਾ ਹੁੰਦਾ ਤਾਂ ਮੈਂ ਅੰਦਰ ਵੜ ਕੇ ਰੋਣ ਲੱਗਦੀ। ਮੈਂ ਕੀ ਭੁੰਨ ਕੇ ਬੀਜੇ ਨੇ, ਮੇਰੇ ਮਨ 'ਚ ਆਉਂਦੀ। ਚਾਹੇ ਕੁਝ ਵੀ ਹੋ ਜਾਵੇ, ਮੈਂ ਬੱਚਾ ਲੈਣਾ ਹੀ ਲੈਣਾ। ਜਿਵੇਂ ਬੱਚਾ ਨਾ ਹੋਵੇ, ਕੋਈ ਸੂਟ ਹੋਵੇ। ਸੂਟਾਂ ਅਤੇ ਹੋਰ ਚੀਜ਼ਾਂ ਦਾ ਘਾਟਾ ਤਾਂ ਕਦੇ ਵੀ ਨੌਵੀਂ ਨੇ ਰਹਿਣ ਨਹੀਂ ਸੀ ਦਿੱਤਾ। ਮੈਂ ਇੱਕ ਕਹਿੰਦੀ, ਉਹ ਦੋ ਲੈ ਆਉਂਦਾ। ਕਹੂਗਾ, ਮੇਰੇ ਸਾਰੇ ਸੁੱਖ ਲੈ ਲਾਂ, ਆਪਦੇ ਸਾਰੇ ਦੁੱਖ ਮੈਨੂੰ ਦੇ ਦੇ। ਕੋਈ ਬੱਚਾ ਗੋਦ ਲੈਣ ਦੀ ਸਲਾਹ ਦਿੰਦਾ, ਮੇਰਾ ਹੀ ਹੋਣਾ ਚਾਹੀਦਾ, ਮੈਂ ਆਖਦੀ। ਡਾਕਟਰ ਕਿਸੇ ਦਾ ਬੀਜ ਉਧਾਰ ਲੈ ਕੇ ਮੇਰੀ ਕੁੱਖ 'ਚ ਰੱਖਣ ਲਈ ਆਖਦੇ। ਮੇਰਾ ਮਨ ਨਾ ਮੰਨਦਾ। ਮੈਂ ਤਾਂ ਕਿਸੇ ਦੇ ਜੂਠੇ ਹੱਥ ਲੱਗੀ ਚੀਜ਼ ਨਹੀਂ ਖਾਂਦੀ। ਮੇਰੀ ਕੁੱਖ 'ਚ ਤਾਂ ਉਸੇ ਦਾ ਬੱਚਾ ਪਲ ਸਕਦਾ ਜਿਹਨੂੰ ਜੀ ਜਾਨ ਨਾਲ ਚਾਹੁੰਦੀ ਹੋਵਾਂ। ਮੈਂ ਪਿਆਰ ਦਾ ਬੂਟਾ ਪੈਦਾ ਕਰੂੰਗੀ, ਮੇਰੇ 'ਚ ਕੀ ਘਾਟ ਆ। ਮੈਂ ਪੂਰੀ ਔਰਤ ਹਾਂ। ਇਸੇ ਗੱਲ 'ਤੇ ਮੇਰੀ ਹਰ ਰੋਜ਼ ਨੌਵੀਂ ਨਾਲ ਲੜਾਈ ਹੋ ਜਾਂਦੀ। ਸਾਡੇ ਵਿਆਹ ਨੂੰ 10 ਸਾਲ ਬੀਤ ਗਏ ਨੇ। ਮੈਂ ਬਹੁਤ ਥਾਵਾਂ 'ਤੇ ਮੱਥੇ ਟੇਕੇ, ਸੁੱਖਣਾ ਸੁੱਖੀਆਂ, ਪਰ ਮੇਰੀ ਗੋਦ ਹਰੀ ਨਾ ਹੋਈ।
ਸਾਡੇ ਸ਼ਰੀਕੇ ਚੋਂ ਤਾਈ ਜੀ ਨੇ ਝੋਲੀ ਫਲ ਪਾਉਣ ਵਾਲੇ ਬਾਬਾ ਜੀ ਦੀ ਦਸ ਪਾਈ ਹੋਈ ਸੀ। ਸ਼ਰਤੀਆ ਗੋਦ ਹਰੀ ਹੁੰਦੀ ਸੀ। ਮੈਂ ਨੌਵੀਂ ਤੋਂ ਚੋਰੀ ਉਸ ਬਾਬਾ ਜੀ ਕੋਲ ਗਈ ਸਾਂ। ਬਾਬਾ ਜੀ ਸਾਡੇ ਘਰ ਨੂੰ ਪਵਿੱਤਰ ਕਰਨ ਲਈ ਚਰਨ ਪਾਉਣ ਆ ਗਏ ਸੀ। ਕਹਿੰਦੇ ਇਸ ਘਰ 'ਚ ਕਿਸੇ ਉਪਰੀ ਸ਼ੈ ਦਾ ਪੈਰਾ। ਬਾਬਾ ਜੀ ਨੇ ਪੂਰੇ ਘਰ 'ਚ ਜਲ ਦਾ ਛਿੱਟਾ ਮੰਤਰ ਉਚਾਰ ਦਿੱਤਾ, ਫਿਰ ਧੂਣੀ ਲਾ ਲਈ। ਮੈਂ ਡਰ ਗਈ। ਮੇਰਾ ਉਤਰਿਆ ਚਿਹਰਾ ਦੇਖ ਕੇ ਕਹਿੰਦੇ, ਬੱਚਾ ਡਰਨਾ, ਕੁਰਬਾਨੀ ਸੰਕੇਤਕ ਹੋਊਗੀ। ਕੋਈ ਬੱਚਾ ਲੈ ਆ, ਤੇਰੇ ਕਰਮਾਂ 'ਚ ਔਲਾਦ ਹੈ, ਛੇਤੀ ਹੀ ਤੇਰੀ ਗੋਦੀ 'ਚ ਬਾਲ ਖੇਡੇਗਾ ਬੱਚਾ। ਮੈਂ ਉਹਨਾਂ ਦੀਆਂ ਗੱਲਾਂ 'ਚ ਆ ਕੇ ਘਰੋਂ ਬਾਹਰ ਨਿਕਲੀ। ਗਲੀ ਦੇ ਮੋੜ 'ਤੇ ਲਾਲਿਆਂ ਦਾ ਗੋਬਲਾ ਜਿਹਾ ਜਵਾਕ ਸਾਈਕਲੀ ਨਾਲ ਇਕੱਲਾ ਹੀ ਖੇਡ ਰਿਹਾ ਸੀ। ਕੋਲ ਵੀ ਕੋਈ ਨਹੀਂ ਸੀ। ਮੈਂ ਉਸ ਕੋਲ ਜਾ ਪਹੁੰਚੀ, ਪਰ ਅਗਲੀ ਗੱਲ ਸੋਚ ਕੇ ਮੇਰੀ ਰੂਹ ਕੰਬ ਗਈ। ਆਪਣੀ ਗੋਦ ਹਰੀ ਕਰਨ ਲਈ ਮੈਂ ਕਿਸੇ ਦੀ ਕਿਵੇਂ ਉਜਾੜਾਂ? ਮੈਂ ਢਹੇ ਦਿਲ ਨਾਲ ਵਾਪਸ ਮੁੜ ਆਈ। ਬਾਬਾ ਜੀ ਦੀ ਧੂਣੀ ਅਤੇ ਧੂਫ ਪਾ ਕੇ ਮੰਤਰ ਉਚਾਰ ਰਹੇ ਸੀ। ਮੇਰਾ ਦਿਲ ਕਾਲਾ ਪੈ ਰਿਹਾ ਸੀ, ਇਹ ਕਦੋਂ ਉੱਠ ਕੇ ਜਾਣ। ਜਦ ਮੈਂ ਹਸਪਤਾਲ ਜਾਣ ਲੱਗੀ, ਜਾਂਦੀ ਹੋਈ ਸੁੱਖਣਾ ਸੁੱਖ ਰਹੀ ਸੀ, ਹੇ ਵਾਹਿਗੁਰੂ, ਮੇਰੇ 'ਚ ਨੁਕਸ ਨਿਕਲ ਆਵੇ, ਮੈਂ ਆਪਣਾ ਇਲਾਜ ਕਰਵਾ ਲਵਾਂਗੀ। ਪਰ ਮੇਰੇ 'ਚ ਕੋਈ ਨੁਕਸ ਨਾ ਨਿਕਲਿਆ। ਨੁਕਸ ਨੌਵੀਂ 'ਚ ਨਿਕਲ ਆਇਆ ਸੀ, ਉਹਦੇ ਸ਼ੁਕਰਾਣੂ ਨਹੀਂ ਬਣਦੇ ਸਨ। ਬਹੁਤ ਇਲਾਜ ਕਰਵਾਇਆ, ਪਰ ਉਹ ਠੀਕ ਨਾ ਹੋਇਆ। ਜੇ ਮੇਰੀ ਕੁੱਖ ਹਰੀ ਹੁੰਦੀ, ਮੈਂ ਭਟਕਦੀ ਨਾ ਫਿਰਦੀ। ਮੇਰੇ ਅੰਦਰ ਬਹੁਤ ਕੁਝ ਟੈ ਉਸਰ ਰਿਹਾ। ਟੈ ਤਾਂ ਬਹੁਤ ਕੁਝ ਗਿਆ ਸੀ, ਉਸਰਿਆ ਸੀ ਕਮਲ ਲਈ ਪਿਆਰ। ਮੈਨੂੰ ਲੱਗਦਾ ਉਹ ਸੰਵੇਦਨਸ਼ੀਲ ਬੰਦਾ, ਉਹ ਮੈਨੂੰ ਮੇਰੀਆਂ ਭਾਵਨਾਵਾਂ ਨੂੰ ਸਮਝ ਸਕਦਾ। ਹੁਣ ਹਾਰ ਕੇ ਮੈਂ ਬੰਦਾ ਬਦਲਣ ਬਾਰੇ ਫੈਸਲਾ ਕਰ ਲਿਆ। ਮੈਂ ਤਾਂ ਨੌਵੀਂ ਤੋਂ ਬਿਨਾਂ ਕਦੇ ਕੁਝ ਸੋਚਿਆ ਹੀ ਨਹੀਂ ਸੀ। ਬੰਦਾ ਬਦਲਣ ਦੀ ਸਲਾਹ ਪਹਿਲੀ ਵਾਰ ਰਿਤੂ ਨੇ ਦਿੱਤੀ ਸੀ। ਮੈਂ ਡਾਕਟਰਾਂ ਕੋਲ ਗੇੜੇ ਮਾਰ ਮਾਰ ਅੱਕੀ ਪਈ ਸਾਂ। ਮੈਂ ਰਿਤੂ ਕੋਲ ਰੋਣ ਲੱਗ ਪਈ ਸਾਂ। ਉਹਨੇ ਬੁੱਕਲ 'ਚ ਲੈ ਕੇ ਦਿਲਾਸਾ ਦਿੰਦੀ ਨੇ ਕਿਹਾ, ਡਾਕਟਰ ਬਦਲ ਕੇ ਦੇਖ ਲਿਆ। ਕਿੰਨੇ ਕੁ ਬਦਲਾਂ, ਮੈਂ ਹੌਕਾ ਲਿਆ। ਸਾਰੇ ਵੱਡੇ ਡਾਕਟਰਾਂ ਦੇ ਜਾ ਆਈ ਸਾਂ। ਰਿਤੂ ਮੇਰਾ ਹੱਥ ਫੜ ਕੇ ਜੋਤਸ਼ੀਆਂ ਵਾਂਗ ਦੇਖਣ ਲੱਗੀ, ਜਿਵੇਂ ਦੇਖ ਰਹੀ ਹੋਵੇ ਮੇਰੇ ਕਰਮਾਂ 'ਚ ਔਲਾਦ ਹੈ ਜਾਂ ਨਹੀਂ। ਜੇ ਡਾਕਟਰ ਬਦਲ ਬਦਲ ਕੇ ਅੱਕ ਗਈ ਹੈ, ਫਿਰ ਬੰਦਾ ਬਦਲ ਕੇ ਦੇਖ ਲੈ। ਉਹਨੇ ਅੱਖਾਂ ਜਿਹੀਆਂ ਨਚਾ ਕੇ ਕਿਹਾ। ਮੈਂ ਉੱਤੋਂ ਹੱਥ ਛਡਾ ਲਿਆ, ਜਿਵੇਂ ਬਿਜਲੀ ਦਾ ਕਰੰਟ ਲੱਗਿਆ ਹੋਵੇ। ਹੱਸਦੀਆਂ ਨਖਰੇਲੋ, ਮੈਨੂੰ ਪਤਾ ਤੁਸੀਂ ਇੱਕ ਦੂਜੇ 'ਤੇ ਜਾਨ ਦਿੰਦੇ ਹੋ। ਉਹ ਹੱਸਣ ਲੱਗੀ। ਰਿਤੂ ਦੇ ਜਾਣ ਬਾਅਦ ਮੈਂ ਬੰਦਾ ਬਦਲਣ ਬਾਰੇ ਸੋਚਣ ਲੱਗੀ ਸੀ। ਕਮਲ ਮੇਰਾ ਫੇਸਬੁੱਕ ਫਰੈਂਡ ਹੈ। ਉਹ ਬਹੁਤ ਚਿਰ ਤੋਂ ਕਹਿ ਰਿਹਾ, ਮੈਂ ਤੈਨੂੰ ਬਹੁਤ ਪਿਆਰ ਕਰਦਾ, ਮੇਰਾ ਤੈਨੂੰ ਮਿਲਣ ਨੂੰ ਜੀ ਕਰਦਾ। ਮੈਂ ਉਹਦੇ ਮਿਲਣ ਦੇ ਬਹੁਤ ਅਰਥ ਕੱਢਦੀ। ਨੌਟੰਕੀ ਹੁੰਦੇ ਨੇ ਇਹੋ ਜਿਹੇ ਆਦਮੀ, ਇਹਨਾਂ ਨੂੰ ਇਸੇ ਤਰ੍ਹਾਂ ਤੜਫਾ ਕੇ ਚੰਗਾ ਲੱਗਾ ਹੈ। ਜਦੋਂ ਇਹ ਮਿਲ ਲੈਣ, ਇਹਨਾਂ ਦੇ ਪਿਆਰ ਦਾ ਬੁਖਾਰ ਉਤਰ ਜਾਂਦਾ। ਮੈਂ ਕਮਲ ਦੀਆਂ ਮਿੰਨਤਾਂ ਅੱਗੇ ਨਹੀਂ ਹਾਰੀ, ਆਪਣੇ ਅੱਗੇ ਹਾਰ ਗਈ ਸਾਂ। ਕੱਲ੍ਹ ਸਵੇਰੇ ਮੈਂ ਸੈਰ ਨੂੰ ਨਿਕਲੀ ਤਾਂ ਮਕਾਨ ਨੰਬਰ 1242 ਵਾਲੀ ਆਂਟੀ ਪਾਰਕ ਵਿੱਚ ਆਪਣੀ ਨੂੰਹ ਨਾਲ ਸੈਰ ਕਰ ਰਹੀ ਸੀ। ਡਾਕਟਰ ਨੇ ਉਹਨੂੰ ਸੈਰ ਲਈ ਦੱਸਿਆ ਹੋਣਾ, ਕਿਉਂਕਿ ਉਹਦਾ ਪੈਰ ਭਾਰੀ ਹੈ। ਮੈਨੂੰ ਦੇਖ ਕੇ ਆਂਟੀ ਨੇ ਸੈਰ ਦਾ ਰਸਤਾ ਬਦਲ ਲਿਆ, ਕਿਤੇ ਮੈਂ ਉਹਨਾਂ ਦੇ ਮੱਥੇ ਨਾ ਲੱਗਾਂ। ਫਿਰ ਉਹਨੂੰ ਘਰ ਨੂੰ ਲੈ ਗਈ। ਮੇਰਾ ਕਾਲਜਾ ਤਸਕ ਦੇ ਕੇ ਬੈਠ ਗਿਆ। ਦਿਲ ਨੂੰ ਕੁਝ ਹੋਣ ਲੱਗਿਆ। ਮੈਂ ਵੀ ਉਹਨੇ ਪੈਰੀ ਘਰੇ ਮੁੜ ਆਈ, ਬੈੱਡ 'ਤੇ ਡਿੱਗ ਕੇ ਬਹੁਤ ਰੋਈ। ਅੱਜ ਮੈਂ ਬਹੁਤ ਸੋਚ ਕੇ ਕਮਲ ਨੂੰ ਬੁਲਾਇਆ ਹੈ। ਅੱਜ ਬੁੱਧਵਾਰ ਹੈ, ਬੁੱਧ ਕੰਮ ਸ਼ੁੱਧ। ਅੱਜ ਘਰੇ ਮੈਂ ਇਕੱਲੀ ਹਾਂ। ਨੌਵੀਂ ਦੇ ਪੇਪਰਾਂ ਵਿੱਚ ਡਿਊਟੀ ਹੈ, ਉਹ ਸਕੂਲ ਸਮੇਂ ਵਿੱਚ ਵਾਪਸ ਨਹੀਂ ਆਵੇਗਾ। ਤੀਜਾ ਸਭ ਤੋਂ ਵੱਡਾ ਕਾਰਨ, ਡਾਕਟਰ ਦੇ ਦੱਸਣ ਅਨੁਸਾਰ ਉਹ ਦਿਨ ਚੱਲ ਰਹੇ ਸਨ ਜਦੋਂ ਬੀਜ ਪੁੰਗਰਦਾ ਹੀ ਪੁੰਗਰਦਾ। ਸਭ ਤੋਂ ਔਖਾ ਕੰਮ ਕਿਸੇ ਨੂੰ ਉਡੀਕਣਾ। ਜਿੰਨਾ ਚਿਰ ਕਮਲ ਆ ਨਹੀਂ ਜਾਂਦਾ, ਉਨਾ ਚਿਰ ਜਾਨ ਸੂਲੀ 'ਤੇ ਟੰਗੀ ਰਹਿਣੀ ਹੈ। ਇਸ ਸ਼ਹਿਰ 'ਚ ਆਂਢ ਗੁਆਂਢ ਦੇ ਲੋਕਾਂ ਵੱਲੋਂ ਤਾਂ ਸੁੱਖ ਸਾਂਦ ਹੈ, ਕੋਈ ਕਿਸੇ ਦੀ ਜ਼ਿੰਦਗੀ 'ਚ ਦਖਲ ਨਹੀਂ ਦਿੰਦਾ। ਜੇ ਪਿੰਡ ਹੁੰਦੇ ਤਾਂ ਨਿਕਲ ਕੇ ਆਈ ਹੈ, ਮਿਹਣੇ ਮਾਰ ਮਾਰ ਕੇ ਹੀ ਲੋਕ ਮੈਨੂੰ ਮਾਰ ਦਿੰਦੇ। ਪਰ ਇੱਥੇ ਤਾਂ ਨੌਵੀਂ ਦਾ ਕੋਈ ਨਾ ਕੋਈ ਰਿਸ਼ਤੇਦਾਰ ਸ਼ਹਿਰ ਕੰਮ ਆਇਆ ਸਾਡੇ ਕੋਲ ਆ ਧਮਕਦਾ। ਫਿਰ ਅਜਿਹੇ ਮੌਕੇ ਫੜਿਆ ਗਿਆ ਬੰਦਾ, ਭਾਵੇਂ ਲੱਖ ਸਫਾਈਆਂ ਦਿੰਦਾ ਰਹੇ, ਅਗਲੇ ਦੇ ਮਨ 'ਚੋਂ ਗੱਲ ਨਹੀਂ ਨਿਕਲਦੀ। ਅਜਿਹੇ ਮੌਕਿਆਂ 'ਤੇ ਜਿੰਨਾ ਬਚਿਆ ਜਾਵੇ ਓਨਾ ਹੀ ਚੰਗਾ।
अजीब जी अचवी लगी हुई है। कई बार मैं गेट तक जाके मुड़ आई हाँ, फेसबुक खोल लेंदी हाँ। हुण मैं बंदा बदलूंगी, मेरा जी करदा इस स्टेटस फेसबुक ते पा देवां। जिहड़ी तरथली मेरे मन अंदर मची हुई है फेसबुक की दोस्तां दे मन अंदर मचा देवां। बहुते फेसबुक की दोस्तां नूं इह वी नहीं पता कि मेरा विआह होया है। मैं अपना स्टेटस भी सिंगल लिखिया होया। बहुते दोस्त यही समझते हैं मैं उन्हों का सच्चा प्यार हाँ। यह स्टेटस पढ़ के उन्होंने लगेगा कि वह बंदा जिसनों खुशी बदलना चाहती है कि मैं ही तो नहीं। फेसबुक ये बेचारे प्रपोज करी जाएंगे, वो नहीं जानते कि मैं लव मैरिज करवाई बैठी हाँ। मेरा इनबॉक्स लव यू लिख लिख भरिया पिया हों, मैथों किसी का दिल नहीं तोड़ हों। पर जे कोई हेट यू लिख के भेजे तो मैं उसकी मिन्नत कर लवानी भाई प्लीज़ ये ना कर। कई फेसबुक ये दोस्त मैनू चंगे लगते हैं पर कमल सब तो वध मेरे दिल दे नेड़े है। कई बार मेरा मन शैतानियां करन नू करता, मेरा जी करता मैं स्टेटस पा देवां, मैं स्वंबर रचांगी। जिहड़ा 10 मिनटां च मेरे लिए सब तो ज़्यादा लव यू फेसबुक ते लिख के भेजेगा मैं उहदे नाल विआह करवाऊंगी। किन्ने ही मर मिटणगे। कई बार मैं सोचती हाँ मैं सब गलत कर रही हाँ। पहला लगता सी जे नौवी ना मिलिया तो मर जाऊंगी, हुण लगता जे कमल ना मिलिया तो जीना औखा। कभी अपने आप को पूछती हाँ कि दो जणिआं नूं प्यार करना गुनाह है? जे एक जने नूं प्यार करना गुनाह नहीं तो फिर दो जणिआं नूं प्यार करना भी गुनाह नहीं? कमल मेरे फोन ते समझाए अनुसार साड़ी कोठी लभ के आ गया। उन्हें कार एक पासे पार्क कर दी। मैं पहला ही दरां च खड़े मुस्करा रही हाँ, उन्हूं जी आया नूं कह रही सां। वो गड्डी ला करके उंगल च गड्डी दा छल्ला कमाउंदा मुस्कुराउंदा अंदर नूं तुरिया आ रहा है। उहदा लम्मा कद प्यारा मासूम जिहा चेहरा चंगा लग रहा है। मेरे भी अजिहा हैंडसम बच्चा हो, मैं मुस्कराई। कमल ने अंदर आके मुस्कुराउंदिया मेरा मत्था चुम्मिया। ये दो काम बहुत चंगी तरह जानता है, मुस्कुराउणा ते शर्माउणा। मैं उहदे बारे अंदाजे लाउंदी हाँ। तुहाडे महल्ले दे मोड़ ते कुत्ता कार मगर पै गया। इन्हां कुत्तियां नूं पता नहीं कारां नाल की दुश्मनी है। इन्हां कुत्तियां नूं पता नहीं कारां नाल की दुश्मनी आ, उह हस्सिया। तुहाडे मोहल्ले दे मोड़ ते कुत्ता कार मगर पै गया। इन्हां कुत्तियां नूं पता नहीं कारां नाल की दुश्मनी आ, उह हस्सिया। कुत्ते मालकां दे वफादार हुंदे ने, इन्हां नूं पता लग जांदा कौण किवें घूम रिहा। मैं भी हस पई। फ्रिज च पानी रखना भुल गई सां, आरओ दा पानी लिया। फ्रिज दे उपरले खाने च बर्फ दीआं टुकड़ियां पा लैंदी हाँ। मैं पानी दा गिलास ट्रे च रख के लै गई। उन्हें मेरा हाथ फड़ के मैनू कोल बिठा लिया। तू मेरी नहीं हो सकती, वह शर्माउंदिआं कहिंदा है। मैं तेरी ही हाँ, मैं उहदीआं अक्खां च झाक के नीवीं पा ली। किन्ने खूबसूरत हो तुसीं, जिहड़ीआं सैल्फीआं फेसबुक ते पाउंदे हो उन्हां नालों वी किते ज़्यादा। वो मेरे वाल एक टक देखदा कहिंदा है। मैं मेज ते पए पानी दे गिलास वल प्यासियां नज़रां नाल देखदी निकिया। थोड़ा उधर विआह होया तुसीं उत्थे रही चलो, मेरा नौवी नाल विआह होया मैं इहदे नाल रही जाणी आ, ते आपां दोवें वी रही जाणे आ। कमल मेरी गल सुन के हस हस दूरा हो गया, मेरा मत्था चुम्मिया। पर मैं तां बड़ी गंभीरता नाल इह गल कही सी। वो हसदा बोलिया, तुहाडे वर्गियां ही खूबसूरत तुहाडियां गल्लां ने। कमल हमेशा मेरी तारीफ करता है, मैनू तारीफ सुनना चंगा लगता है। पानी दे गिलास वाली इशारा करके मैं कहा, जिवें पानी च बर्फ पानी हो गई उवें दा प्यार चाहीदा मैनू। वह मुस्कुराउण लगा। मैं चाह बनाउण रसोई च जा वड़ती हाँ। कमल मेरे मगर रसोई च आ गया। मैं गैस बाल रही सी, वो मेरे पिछे खड़ा मेरी गुत की तारीफ करन लगा। जे बहुत पसंद है तो कट के ले जा, मैं हसदिया कहा। वो मेरी गुत नू सहलाउंदा, मेरी गर्दन नू चुमदा है, मेरे कन्न कोल मूँह करके कहिंदा, एक चीज़ दिखावा। फिर पेंट की जेब चों कढ के एक डब्बी दिखाउंदा है। मैनू अग लग जांदी है, खिंच के उहदा मेरे मोढ़े ते रख्या हथ झटक दिंदी हाँ। कमल मैनू तेरा बच्चा चाहीदा है।
ਉਹ ਮੈਨੂੰ ਜੱਫੀ 'ਚ ਕੁੱਟ ਲੈਂਦਾ ਹੈ ਜਿਵੇਂ ਮੈਂ ਉਹਨੂੰ ਇਹ ਸਭ ਕੁਝ ਕਰਨ ਦੀ ਇਜਾਜ਼ਤ ਦੇ ਦਿੱਤੀ ਹੋਵੇ। ਜਿਹੜੀ ਗੱਲ ਮੈਂ 9ਵੀਂ ਤੋਂ ਕਦੇ ਵੀ ਨਹੀਂ ਪੁੱਛ ਸਕਦੀ ਉਹ ਕਮਲ ਤੋਂ ਪੁੱਛ ਲੈਂਦੀ ਹਾਂ। ਮੈਂ ਤੈਨੂੰ ਬਹੁਤ ਪਿਆਰ ਕਰਦੀ ਹਾਂ, 9ਵੀਂ ਨੂੰ ਵੀ ਬਹੁਤ ਪਿਆਰ ਕਰਦੀ ਹਾਂ। ਕੀ ਦੋ ਜਣਿਆਂ ਨੂੰ ਪਿਆਰ ਕਰਨਾ ਗੁਨਾਹ ਹੈ? ਕਮਲ ਮੁਸਕਰਾਇਆ। ਤੁਸੀਂ ਪਿਆਰ ਦੀ ਮੂਰਤ ਹੋ, ਸਿਰ ਤੋਂ ਪੈਰਾਂ ਤੱਕ ਪਿਆਰ ਦੀ ਦੇਵੀ। ਤੁਹਾਡੇ ਲਈ ਕੁਝ ਵੀ ਗੁਨਾਹ ਨਹੀਂ, ਤੁਸੀਂ ਪਾਪ ਪੁੰਨ ਤੋਂ ਪਰੇ ਹੋ। ਇਹਦਾ ਕਾਮ ਇਹਦੇ ਤੋਂ ਗੱਲਾਂ ਕਰਵਾ ਰਿਹਾ, ਮੈਂ ਅੰਦਰੋਂ ਅੰਦਰ ਕੁੜ ਜਾਂਦੀ ਹਾਂ। ਮੈਨੂੰ ਮਹਿਸੂਸ ਹੋ ਗਿਆ ਕਮਲ ਮੈਨੂੰ ਪਿਆਰ ਨਹੀਂ ਕਰਦਾ। ਜੇ ਸੱਚਾ ਪਿਆਰ ਕਰਦਾ ਹੁੰਦਾ ਤਾਂ ਕਿਵੇਂ ਸਹਿ ਲੈਂਦਾ ਕਿ ਮੈਂ ਕਿਸੇ ਹੋਰ ਨੂੰ ਪਿਆਰ ਕਰਾਂ? ਮੈਂ ਆਪਣੇ ਦਿਲ 'ਤੇ ਹੱਥ ਰੱਖ ਕੇ ਕਹਿੰਦੀ ਹਾਂ ਮੈਥੋਂ ਇਹ ਸਹਿ ਨਹੀਂ ਹੋਣਾ। 9ਵੀਂ ਕਿਸੇ ਹੋਰ ਨੂੰ ਪਿਆਰ ਕਰੇ। ਚਾਹ ਉਬਲ ਕੇ ਕੰਢਿਆਂ ਤੱਕ ਆ ਗਈ, ਮੈਂ ਗੈਸ ਬੰਦ ਕਰ ਦਿੰਦੀ ਹਾਂ। ਮੈਨੂੰ ਜੱਫੀ ਪਾਉਣ ਲੱਗੇ ਕਮਲ ਨੂੰ ਰੋਕ ਦਿੰਦੀ ਹਾਂ ਅਤੇ ਕਹਿ ਦਿੰਦੀ ਹਾਂ ਹੁਣ ਤੂੰ ਜਾ। ਉਹ ਹੈਰਾਨ ਹੋਇਆ ਮੇਰੇ ਵੱਲ ਵੇਖਦਾ ਹੈ। ਮੈਂ ਬਾਹਰ ਵੱਲ ਉਂਗਲ ਕਰਕੇ ਕਹਿੰਦੀ ਹਾਂ ਬਸ ਹੁਣ ਤੂੰ ਜਾ। ਚੌਹਾਨ ਇੰਟਰਟੇਨਮੈਂਟ, ਤੁਹਾਡਾ ਆਪਣਾ, ਤੁਹਾਡੇ ਲਈ।